ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਪ੍ਰੋਫੈਸਰ ਅਨੁਰਾਸ਼। ਮੈਂ ਅੱਜ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਸੀ ਲੈਂਗੁਏਜ, ਜਿਹੜੀ ਕਿ ਬਹੁਤ ਹੀ ਵਧੀਆ, ਬਹੁਤ ਹੀ ਪਾਵਰਫੁਲ ਅਤੇ ਬਹੁਤ ਹੀ ਇੰਪੋਰਟੈਂਟ ਲੈਂਗੁਏਜ ਹੈਗੀ ਹੈ ਅੱਜ ਦੇ ਯੁੱਗ ਵਿੱਚ। ਸੀ ਲੈਂਗੁਏਜ ਸ਼ੁਰੂਆਤ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਾਂਗਾ ਕਿ ਸੀ ਦੀ ਬੇਸਿਕ ਹਿਸਟਰੀ ਕੀ ਹੈਗੀ ਹੈ। ਸੀ ਬਾਰੇ ਅਸੀਂ ਬੇਸਿਕ ਵਿੱਚ ਥੋੜ੍ਹਾ ਜਿਹਾ ਓਵਰਵਿਊ ਲੈਣ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਕਿ ਅਸੀਂ ਦੇਖਦੇ ਪਏ ਹਾਂ ਕਿ ਸੀ ਲੈਂਗੁਏਜ ਜਿਹੜੀ ਹੈਗੀ ਹੈ AT&T ਬੈਲ ਲੈਬੋਰਟਰੀ ਵਿੱਚ USA ਵਿੱਚ ਬਣੀ ਸੀ, ਜਿਹੜੀ ਕਿ 1972 ਵਿੱਚ ਬਣ ਕੇ ਸਾਡੇ ਕੋਲ ਆ ਗਈ ਸੀ। ਇਹਨੂੰ ਡਿਜ਼ਾਇਨ ਅਤੇ ਡਿਵੈਲਪ ਕਿਹਨੇ ਕੀਤਾ ਸੀ? ਇਹਨੂੰ ਡੈਨਿਸ ਰਿਚੀ ਨੇ ਡਿਵੈਲਪ ਕੀਤਾ ਸੀ, ਅਤੇ ਇਹਦੀ ਜਿਹੜੀ ਪ੍ਰੋਗਰਾਮਿੰਗ ਸੀ ਇਹ ਸਾਰੀ ਦੀ ਸਾਰੀ ਡੈਨਿਸ ਰਿਚੀ ਦੀ ਟੀਮ ਨੇ ਹੀ ਤਿਆਰ ਕੀਤੀ ਸੀ। ਸੀ ਲੈਂਗੁਏਜ ਦੀ ਸਭ ਤੋਂ ਵੱਡੀ ਖਾਸੀਅਤ ਕੀ ਹੈਗੀ ਹੈ? ਇਹ ਕੰਪਾਈਲ ਲੈਂਗੁਏਜ ਹੈਗੀ ਹੈ। ਕੰਪਾਈਲ ਲੈਂਗੁਏਜ ਦਾ ਮਤਲਬ ਹੁੰਦਾ ਹੈ ਕਿ ਸੀ ਵਿੱਚ ਜੋ ਵੀ ਅਸੀਂ ਪ੍ਰੋਗਰਾਮ ਬਣਾਉਂਦੇ ਹਾਂ, ਜਿਹਨੂੰ ਕਿ ਅਸੀਂ ਸੋਰਸ ਕੋਡ ਕਹਿੰਦੇ ਹਾਂ, ਉਹਨੂੰ ਸਾਨੂੰ ਕੰਪਾਈਲ ਕਰਨਾ ਪੈਂਦਾ ਹੈ। ਕੰਪਾਈਲ ਕਰਨ ਦਾ ਮਤਲਬ ਹੈ ਉਹਨੂੰ ਸੋਰਸ ਕੋਡ ਤੋਂ ਮਸ਼ੀਨ ਕੋਡ ਵਿੱਚ ਕਨਵਰਟ ਕਰਨਾ। ਸੋਰਸ ਕੋਡ ਟੂ ਮਸ਼ੀਨ ਕੋਡ ਕਨਵਰਟ ਕਰਨ ਵਾਸਤੇ ਸਾਨੂੰ ਕੰਪਾਈਲਰ ਦੀ ਜ਼ਰੂਰਤ ਪੈਂਦੀ ਹੈ। ਇਸ ਕਰਕੇ ਸੀ ਲੈਂਗੁਏਜ ਸਾਨੂੰ ਕੰਪਾਈਲਰ ਪ੍ਰੋਵਾਈਡ ਕਰਵਾਉਂਦੀ ਹੈ, ਜਿਹੜੀ ਕਿ ਯੂਜ਼ਰ ਦੁਆਰਾ ਬਣਾਏ ਹੋਏ ਪ੍ਰੋਗਰਾਮ ਨੂੰ ਮਸ਼ੀਨ ਲੈਂਗੁਏਜ ਵਿੱਚ ਕਨਵਰਟ ਕਰ ਦਿੰਦੀ ਹੈ। ਇਸ ਤੋਂ ਬਾਅਦ ਸੀ ਲੈਂਗੁਏਜ ਜਿਹੜੀ ਹੈ ਉਹ ਸਾਡੀ ਸਟਰਕਚਰਲ ਲੈਂਗੁਏਜ ਹੈਗੀ ਹੈ। ਸਟਰਕਚਰਲ ਲੈਂਗੁਏਜ ਦਾ ਮਤਲਬ ਹੈਗਾ ਕਿ ਜੋ ਵੀ ਅਸੀਂ ਕੰਮ ਕਰਵਾਉਣਾ ਚਾਹੁੰਦੇ ਹਾਂ ਅਸੀਂ ਫੰਕਸ਼ਨਸ ਪ੍ਰੋਸੀਜਰ ਨੂੰ ਯੂਜ਼ ਕਰਕੇ ਕੰਮ ਕਰਵਾ ਸਕਦੇ ਹਾਂ, ਅਤੇ ਸਾਡਾ ਜਿਹੜਾ ਬਰਡਨ ਹੈ ਸਾਰਾ ਸਾਰਾ ਫੰਕਸ਼ਨਸ ਪ੍ਰੋਸੀਜਰ ਲੈ ਲੈਂਦੇ ਨੇ। ਇਹਦੇ ਨਾਲ ਅਸੀਂ ਕੀ ਕਰ ਸਕਦੇ ਹਾਂ? ਅਸੀਂ ਆਪਣਾ ਜਿਹੜਾ ਵਰਕਲੋਡ ਹੈ ਉਹਨੂੰ ਅਸੀਂ ਵੰਡ ਕੇ ਆਪਣੇ ਪ੍ਰੋਬਲਮ ਨੂੰ ਜਿੰਨੀ ਵੀ ਅਸੀਂ ਪ੍ਰੋਗਰਾਮਿੰਗ ਕਰਨਾ ਚਾਹੁੰਦੇ ਹਾਂ ਉਹ ਕਰਵਾ ਸਕਦੇ ਹਾਂ। ਉਸ ਤੋਂ ਬਾਅਦ ਨੈਕਸਟ ਜਿਹੜਾ ਵਾ ਸੀ ਲੈਂਗੁਏਜ ਜਿਹੜੀ ਹੈਗੀ ਸਾਡੀ ਮਿਡਲ ਲੈਵਲ ਲੈਂਗੁਏਜ ਹੈ। ਮਿਡਲ ਲੈਵਲ ਲੈਂਗੁਏਜ ਦਾ ਮਤਲਬ ਕੀ ਹੈ ਕਿ ਸੀ ਹਾਈ ਲੈਵਲ ਲੈਂਗੁਏਜ ਵਿੱਚ ਵੀ ਕੰਮ ਕਰ ਸਕਦੀ ਹੈ ਅਤੇ ਇਹ ਲੋਅ ਲੈਵਲ ਲੈਂਗੁਏਜ ਵਿੱਚ ਵੀ ਕੰਮ ਕਰਵਾ ਸਕਦੇ ਹਾਂ ਅਸੀਂ ਇਹਦੇ ਕੋਲੋਂ। ਇਸ ਕਰਕੇ ਇਹਨੂੰ ਮਿਡਲ ਲੈਵਲ ਲੈਂਗੁਏਜ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਸੀ ਕਿਉਂ ਇੰਨੀ ਪਾਪੂਲਰ ਹੈਗੀ ਹੈ, ਕਿਉਂ ਸਾਨੂੰ ਜ਼ਰੂਰਤ ਹੈਗੀ ਹੈ ਸੀ ਨੂੰ ਸਮਝਣ ਦੀ, ਸੀ ਨੂੰ ਪੜ੍ਹਨ ਦੀ, ਸੀ ਨੂੰ ਯੂਜ਼ ਕਰਨ ਦੀ, ਜਦਕਿ ਸਾਡੇ ਕੋਲ ਕਈ ਨਵੀਆਂ ਲੈਂਗੁਏਜਸ ਹੈਗੀਆਂ ਨੇ ਜਿਵੇਂ ਸੀ ਤੋਂ ਇਲਾਵਾ ਜਿਵੇਂ C++ ਹੈਗੀ ਹੈ, ਜਾਵਾ ਹੈਗੀ ਹੈ, ਵਿਜ਼ੂਅਲ ਬੇਸਿਕ ਹੈਗੀ ਹੈ, ਪਰ ਫਿਰ ਵੀ ਅਸੀਂ ਸੀ ਹੀ ਕਿਉਂ ਪੜ੍ਹੀਏ? ਇਹਦੇ ਬਾਰੇ ਮੈਂ ਤੁਹਾਨੂੰ ਇੱਕ ਛੋਟ ਜਿਹਾ ਵਿਊ ਦੱਸਣਾ ਚਾਹਾਂਗਾ ਕਿ ਸੀ ਜਿਹੜੀ ਹੈ ਸਾਡੀ ਕਿਉਂ ਜ਼ਰੂਰੀ ਹੈ। ਜਿਵੇਂ ਕਿ ਸਾਨੂੰ ਪਤਾ ਹੈ ਕਿ ਅੱਜ ਕੱਲ੍ਹ C++ ਜਾਵਾ ਬਹੁਤ ਹੀ ਚੱਲਦੀ ਪਈ ਹੈਗੀ, ਪਰ ਜਿਹੜੀ ਸੀ ਅਤੇ C++ ਦੇ ਕੰਪੈਰੀਟਿਵਲੀ ਜੇਕਰ ਅਸੀਂ C++ ਨੂੰ ਦੇਖੀਏ ਜਾਂ ਜਾਵਾ ਨੂੰ ਦੇਖੀਏ, ਉਹ ਇੰਨੀਆਂ ਸੌਖੀਆਂ ਨਹੀਂ ਹੈਗੀਆਂ ਸਾਨੂੰ ਸਮਝਣ ਵਿੱਚ। ਅਸੀਂ ਇਹਨਾਂ ਨੂੰ ਬੜੇ ਹੀ, ਜੇ ਤੁਸੀਂ ਕਹੋ ਕਿ ਤੁਸੀਂ ਇਹਨੂੰ ਬੜੇ ਹੀ ਆਰਾਮ ਨਾਲ, ਬੜੇ ਹੀ ਵਧੀਆ ਢੰਗ ਨਾਲ ਸਮਝ ਸਕਦੇ ਹੋ, ਤਾਂ ਪਰ ਇਹਦੇ ਵਾਸਤੇ ਸਾਨੂੰ ਜਿਹੜੇ ਸਾਡੇ ਬੇਸਿਕ ਕੋਨਸੈਪਟ ਹੈਗੇ ਨੇ C++ ਅਤੇ ਜਾਵਾ ਦੇ ਵਿੱਚ ਜਿਹੜੇ ਯੂਜ਼ ਹੁੰਦੇ ਨੇ ਉਹ ਹੈਗੇ ਨੇ ਓਬਜੈਕਟ ਓਰੀਐਂਟਿਡ ਲੈਂਗੁਏਜ ਦੇ ਕੋਨਸੈਪਟ, ਕਿਉਂਕਿ ਸਾਡਾ C++ ਸਾਡੀ ਜਾਵਾ ਦੋਨੋਂ ਹੀ ਓਬਜੈਕਟ ਓਰੀਐਂਟਿਡ ਲੈਂਗੁਏਜਿਸ ਹੈਗੇ ਨੇ। ਇਹਨਾਂ ਨੂੰ ਸਮਝਣ ਵਾਸਤੇ ਸਾਨੂੰ ਓਬਜੈਕਟ ਓਰੀਐਂਟਿਡ ਦੇ ਕੋਨਸੈਪਟ ਦਾ ਪਤਾ ਹੋਣਾ ਚਾਹੀਦਾ, ਜਿਹੜੇ ਕਿ ਸ਼ੁਰੂਆਤ ਪ੍ਰੋਗਰਾਮਰ ਜਿਹੜੇ ਬਣਨਾ ਚਾਹੁੰਦੇ ਉਹਨਾਂ ਵਾਸਤੇ ਬੜੀ ਹੀ ਕਨਫਿਊਜ਼ਿੰਗ ਵਾਲੀ ਚੀਜ਼ ਹੈਗੀ ਹੈ। ਇਸ ਕਰਕੇ ਅਸੀਂ ਇਹਨੂੰ ਸਮਝਣ ਵਾਸਤੇ ਸਾਨੂੰ ਬਹੁਤ ਹੀ ਟਾਈਮ ਚਾਹੀਦਾ ਹੁੰਦਾ। ਦੂਜੀ ਗੱਲ ਕੀ ਹੈ ਕਿ ਇਹ ਨਵੇਂ ਯੂਜ਼ਰ ਵਾਸਤੇ ਬਹੁਤ ਹੀ ਔਖਾ ਕੰਮ ਹੁੰਦਾ। ਇਹ ਮੈਂ ਖਿਆਲ ਤੁਹਾਨੂੰ ਹੁਣੇ ਦੱਸ ਹੀ ਚੁੱਕਾ ਮੈਂ ਕਿ ਕੋਨਸੈਪਟ ਜਿਹੜੇ ਇਹ ਸਮਝਣ ਵਾਸਤੇ ਕਾਫੀ ਟਾਈਮ ਚਾਹੀਦਾ ਹੈਗਾ। ਉਸ ਤੋਂ ਬਾਅਦ ਜਿਹੜੀ ਹੈ ਸੀ ਲੈਂਗੁਏਜ ਹੈਗੀ ਹੈ ਉਹ ਬਾਕੀ ਲੈਂਗੁਏਜਿਸ ਵਾਸਤੇ ਬਹੁਤ ਹੀ ਆਸਾਨੀ ਸਾਨੂੰ ਪ੍ਰੋਵਾਈਡ ਕਰਵਾਉਂਦੀ ਹੈ। ਜੇਕਰ ਸਾਨੂੰ ਸੀ ਆਉਂਦੀ ਹੈ ਅਸੀਂ C++ ਅਸੀਂ ਜਾਵਾ ਬੜੇ ਹੀ ਆਸਾਨੀ ਨਾਲ ਸਿੱਖ ਸਕਦੇ ਹਾਂ। ਉਸ ਤੋਂ ਬਾਅਦ ਸੀ ਕਿਉਂ ਪੜ੍ਹੀਏ? ਅਸੀਂ ਅਜੇ ਤੱਕ ਸੀ ਨੂੰ ਬੀਟ ਨਹੀਂ ਕਰ ਸਕੇ C++ ਦੇ ਨਾਲ ਜਾਂ ਜਾਵਾ ਦੇ ਨਾਲ। ਇਹਦਾ ਸਭ ਤੋਂ ਵੱਡਾ ਰੀਜ਼ਨ ਹੈ ਕਿ ਜਿੰਨੇ ਵੀ ਅਸੀਂ ਓਪਰੇਟਿੰਗ ਸਿਸਟਮ ਯੂਜ਼ ਕਰਦੇ ਹਾਂ, ਚਾਹੇ ਉਹ ਵਿੰਡੋ ਓਪਰੇਟਿੰਗ ਸਿਸਟਮ ਹੋਏ, ਚਾਹੇ ਉਹ ਲੀਨਕਸ ਓਪਰੇਟਿੰਗ ਸਿਸਟਮ ਹੋਏ, ਚਾਹੇ ਉਹ ਯੂਨਿਕਸ ਓਪਰੇਟਿੰਗ ਸਿਸਟਮ ਹੋਏ, ਇਹ ਸਾਰੇ ਦੇ ਸਾਰੇ ਸੀ ਲੈਂਗੁਏਜ ਵਿੱਚ ਹੀ ਲਿਖੇ ਹੋਏ ਨੇ। ਇਸ ਤੋਂ ਬਾਅਦ ਇਹਦੇ ਵਿੱਚ ਇੱਕ ਹੋਰ ਖਾਸੀਅਤ ਸੀ ਲੈਂਗੁਏਜ ਵਿੱਚ ਕੀ ਹੈਗੀ ਹੈ? ਸੀ ਜਿਹੜੀ ਹੈ ਸਾਡੀ ਡਾਇਰੈਕਟਲੀ ਇੰਟਰੈਕਟ ਕਰ ਸਕਦੀ ਹੈ ਹਾਰਡਵੇਅਰ ਦੇ ਨਾਲ। ਜੇਕਰ ਤੁਹਾਨੂੰ ਅਸੈਂਬਲੀ ਲੈਂਗੁਏਜ ਦੀ ਆਉਂਦੀ ਹੈ ਤਾਂ ਸੀ ਨੂੰ ਯੂਜ਼ ਕਰਕੇ ਤੁਸੀਂ ਅਸੈਂਬਲੀ ਕੋਡਿੰਗ ਵੀ ਕਰ ਸਕਦੇ ਹੋ। ਤੁਸੀਂ ਆਰਾਮ ਨਾਲ ਹਾਰਡਵੇਅਰ ਨੂੰ ਡਾਇਰੈਕਟਲੀ ਕਮਿਊਨੀਕੇਟ ਵਾਸਤੇ ਯੂਜ਼ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਬੇਸਿਕ ਹਿਸਟਰੀ ਬਾਰੇ ਤੋਂ ਇਲਾਵਾ ਹੋਰ ਜ਼ਿਆਦਾ ਸਮਝਣਾ ਚਾਹੁੰਦੇ ਹੋ, ਹੋਰ ਜ਼ਿਆਦਾ ਨੌਲੇਜ ਲੈਣਾ ਚਾਹੁੰਦੇ ਹੋ, ਤਾਂ ਮੇਰੀ ਵੈਬਸਾਈਟ ਹੈਗੀ ਹੈ www.smjsolutions.in। ਇੱਥੇ ਤੁਸੀਂ ਜਾ ਕੇ ਹਰ ਤਰ੍ਹਾਂ ਦੇ ਟਿਊਟੋਰੀਅਲ ਦੀ ਨੂੰ ਡਾਊਨਲੋਡ ਕਰ ਸਕਦੇ ਹੋ, ਦੇਖ ਸਕਦੇ ਹੋ, ਤੁਸੀਂ ਇੰਜੋਏ ਕਰ ਸਕਦੇ ਹੋ ਅਤੇ ਸਿੱਖਦੇ ਰਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੀ ਇਸ ਵੀਡੀਓ ਨੂੰ ਦੇਖਣ ਦਾ। ਨਮਸਕਾਰ।